14 ਫਰਵਰੀ ਵੈਲੈਂਟਾਈਨ ਡੇ ਇਹ ਦਿਨ ਲੋਕ ਆਪਣੇ ਪ੍ਰੇਮੀਆਂ ਅਤੇ ਦੋਸਤਾਂ ਨੂੰ ਗੁਲਾਬ ਦੇ ਕੇ ਅਤੇ ਉਪਹਾਰ ਦੇ ਕੇ ਆਪਣੇ ਪਿਆਰ ਅਤੇ ਦੋਸਤੀ ਦਾ ਇਜ਼ਹਾਰ ਕਰਦੇ ਹਨ। ਵੀਰਵਾਰ ਨੂੰ ਬਾਰਿਸ਼ ਦੇ ਬਾਵਜੂਦ ਲੋਕਾਂ ਨੇ ਉਤਸ਼ਾਹ ਨਾਲ ਵੈਲੈਂਟਾਈਨ ਡੇ ਮਨਾਇਆ ਅਤੇ ਫੁੱਲ ਦੇ ਕੇ ਆਪਣੇ ਪ੍ਰੇਮੀਆਂ ਅਤੇ ਦੋਸਤਾਂ ਨੂੰ ਗੁਲਾਬ ਦੇ ਕੇ ਪਿਆਰ ਅਤੇ ਦੋਸਤੀ ਦਾ ਇਜ਼ਹਾਰ ਕੀਤਾ। ਵੈਲੈਂਟਾਈਨ ਡੇ 'ਤੇ ਵੱਖ ਵੱਖ ਰੰਗਾਂ ਦੇ ਗੁਲਾਬ ਸ਼ਹਿਰ ਵਿੱਚ ਲੋਕਾਂ ਲਈ ਉਪਲਬਧ ਸਨ। ਲੋਕਾਂ ਨੇ ਆਖਿਆ ਕਿ ਵੈਲੈਂਟਾਈਨ ਵਾਲੇ ਦਿਨ ਇਨਸਾਨ ਉਸ ਇਨਸਾਨ ਨੂੰ ਜਿਸ ਨਾਲ ਉਹ ਪਿਆਰ ਕਰਦਾ ਹੈ ਉਸਨੂੰ ਗੁਲਾਬ ਦੇ ਕੇ ਪਿਆਰ ਦਾ ਇਜ਼ਹਾਰ ਕਰਦਾ ਹੈ, ਚਾਹੇ ਤੁਹਾਡੇ ਮਾਤਾ ਪਿਤਾ ਜਾਂ ਭਰਾ ਭੈਣ ਹੀ ਕਿਉਂ ਨਾ ਹੋਣ। ਫੁੱਲ ਵੇਚਣ ਵਾਲੇ ਦੁਕਾਨਦਾਰਾਂ ਨੇ ਆਖਿਆ ਕਿ ਇਸ ਵੈਲੈਂਟਾਈਨ ਡੇ 'ਤੇ ਬਾਰਿਸ਼ ਕਾਰਨ ਫੁੱਲਾਂ ਦੀ ਵਿਕਰੀ ਕੁਝ ਘੱਟ ਹੀ ਰਹੀ। ਬਾਰਿਸ਼ ਦੇ ਬਾਵਜੂਦ ਲੋਕਾਂ ਨੇ ਵੈਲੈਂਟਾਈਨ ਡੇ ਉਤਸ਼ਾਹ ਨਾਲ ਮਨਾਇਆ। ਬਹੁਤ ਅੱਛੀ ਫੀਲਿੰਗ ਨੇ ਸਰ, ਆਪਾਂ ਮਤਲਬ ਪਹਿਲੀ ਵਾਰੀ ਆਪਣਾ ਵੈਲੈਂਟਾਈਨ ਇੰਜੋਏ ਕਰ ਰਹੇ ਹਾਂ। ਅੰਮ੍ਰਿਤਸਰ 'ਚ ਇਹਨੂੰ ਪਹਿਲੀ ਵਾਰੀ ਰੌਣਕ ਦਿਖਾ ਰਹੇ ਹਾਂ, ਬਾਹਰ ਤੋਂ ਨਹੀਂ, ਤਾਂ ਉਹਨਾਂ ਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਵੈਲੈਂਟਾਈਨ ਕਿੱਦਾਂ ਮਨਾਈਦਾ ਆਪਾਂ। ਓਕੇ, ਮੈਂ ਉਹਨੂੰ ਗੋਲਡ ਰਿੰਗ ਗਿਫਟ ਕੀਤੀ ਆ ਕੱਲ੍ਹ ਇੱਕ, ਤਾਂ ਸ਼ੀ ਇਜ਼ ਵੈਰੀ ਹੈਪੀ ਬਿਕੋਜ਼ ਜਿਹੜੀ ਇਹਨੇ ਡਰੈਸ ਪਾਈ ਇਹਨੂੰ ਲਾਸਟ ਵੈਲੈਂਟਾਈਨ 'ਤੇ ਇਹਨੂੰ ਗਿਫਟ ਕੀਤੀ ਸੀ, ਇਹਨੂੰ ਪ੍ਰਪੋਜ਼ ਕੀਤਾ ਸੀ, ਤਾਂ ਅੱਜ ਇਹਨੇ ਹੀ ਵੈਲੈਂਟਾਈਨ ਦੇ ਗਿਫਟ 'ਤੇ ਵੇਅਰ ਕੀਤੀ ਡਰੈਸ। ਐਕਸਾਈਟਿਡ ਹਾਂ ਮੈਂ, ਅਤੇ ਮੈਂ ਈਵਨ ਆਪਣੇ ਫੀਲਿੰਗਸ ਐਕਸਪ੍ਰੈਸ ਵੀ ਨਹੀਂ ਕਰ ਪਾ ਰਹੀ ਹਾਂ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਦ ਜਸਟ ਟੂ ਮੇਕ ਯੂਅਰ ਵੈਲੈਂਟਾਈਨ ਹੈਪੀ। ਵੈਲੈਂਟਾਈਨ ਡੇ ਕਾ ਮਤਲਬ ਆਪਣੇ ਪੇਰੈਂਟਸ ਕੇ ਸਾਥ ਜਿਸਕੋ ਆਪ ਪਿਆਰ ਕਰਤੇ ਹੋ, ਆਪ ਉਸਕੋ ਯੇ ਫਲਾਵਰਸ ਦੋ, ਯੇ ਰੋਜ਼ਿਸ ਕੀ ਸਮੈਲ ਜੈਸੇ ਆਪਣੇ ਰਿਸ਼ਤੇ ਕੋ ਥੋੜ੍ਹਾ ਠੀਕ ਕਰੋ। ਮੈਨੇ ਆਪਣੀ ਫਰੈਂਡ ਕੇ ਲੀ ਲਿਆ। ਬਹੁਤ ਅੱਛੀ ਫੀਲਿੰਗ ਹੈ ਕਿਉਂਕਿ ਮੈਂ ਆਪਣੇ ਹਸਬੈਂਡ ਕੇ ਲਈ ਪਹਿਲੀ ਵਾਰ ਬੁਕੇ ਲੈਣੇ ਆਈ ਹੂੰ, ਮੁਝੇ ਬਹੁਤ ਅੱਛਾ ਲੱਗ ਰਿਹਾ ਹੈ। ਅਭੀ ਵੋ ਦੇਂਗੇ ਕਿਉਂਕਿ ਉਹਨੇ ਬਈ ਸਰਪ੍ਰਾਈਜ਼ ਹੀ ਪਲਾਨ ਕੀਆ ਹੋਇਆ ਹੈ, ਮੇਰਾ ਵੀ ਸਰਪ੍ਰਾਈਜ਼ ਹੈ, ਮੈਂ ਵੀ ਬਤਾ ਕੇ ਨਹੀਂ ਆਈ। ਮਤਲਬ ਯਹੀ ਹੈ ਕਿ ਆਪ ਪਿਆਰ ਕਰਤੇ ਹੋ, ਕਿਸੀ ਕੋ ਇਜ਼ਹਾਰ ਕਰ ਰਹੇ ਹੋ, ਬਤਾ ਰਹੇ ਹੋ ਕਿ ਮੈਂ ਉਨਸੇ ਕਿਤਨਾ ਪਿਆਰ ਕਰਤੀ ਹੂੰ, ਕਿਉਂਕਿ ਯੇ ਛੋਟੇ ਛੋਟੇ ਮੌਕੇ ਹੀ ਹੋਤੇ ਹੈ ਜਬ ਹਮ ਉਨਕੋ ਬਤਾਤੇ ਹੈ ਕਿ ਹਮ ਆਪਕੋ ਆਪਕੇ ਲੀਏ ਸਪੈਸ਼ਲ ਹੈ ਜਾਂ ਆਪ ਹਮਾਰੇ ਲੀਏ ਸਪੈਸ਼ਲ ਹੈ, ਹਮ ਆਪਕੇ ਲੀਏ ਕਿਤਨਾ ਕਰਤੇ ਹੈ। ਫਲਾਵਰ ਜੈਸੇ ਕਿ ਡਿਫਰੈਂਟ ਕਲਰਸ ਕੇ ਹੋਤੇ ਹੈ, ਔਰ ਡਿਫਰੈਂਟ ਡਿਫਰੈਂਟ ਜੋ ਕਲਰਸ ਹੈ ਵੋ ਆਈ ਥਿੰਕ ਅਲੱਗ ਅਲੱਗ ਫੀਲਿੰਗਸ ਕੇ ਲੀਏ ਹੋਤੇ ਹੈ, ਤੋ ਫਲਾਵਰਸ ਇਜ਼ ਦ ਬੈਸਟ ਥਿੰਗ ਕਿ ਜੋ ਅੱਛੇ ਸੇ ਹਮਾਰੀ ਫੀਲਿੰਗਸ ਕੋ ਐਕਸਪਲੇਨ ਕਰ ਸਕਤਾ ਹੈ। ਵੈਲੈਂਟਾਈਨ ਪੇ ਐਨੀ ਲਾਈਕ ਯੂਅਰ ਲਵ ਵਨ, ਚਾਹੇ ਉਹ ਆਪਕੇ ਪੇਰੈਂਟਸ ਹੈ, ਚਾਹੇ ਆਪਕੀ ਸਿਸਟਰ ਹੈ, ਬ੍ਰਦਰ ਹੈ, ਔਰ ਯੂਅਰ ਹਸਬੈਂਡ, ਔਰ ਲਾਈਕ ਅੱਜ ਕੱਲ੍ਹ ਤੋਂ ਬੱਚੇ ਬੋਏਫ੍ਰੈਂਡ ਔਰ ਗਰਲਫ੍ਰੈਂਡਸ ਕੇ ਲੀਏ ਹੀ ਸੋਚਦੇ ਹੈ, ਬਟ ਇਟ ਇਜ਼ ਫੋਰ ਐਨੀ ਰਿਲੇਸ਼ਨ ਟੂ ਹੂਮ ਯੂ ਲਵ। ਮੇਰਾ ਕੰਮ ਤੋਂ ਫੂਲੋਂ ਕਾ ਹੈ, ਮਗਰ ਫੂਲੋਂ ਕਾ ਕੰਮ ਹੋਤੇ ਹੋਏ ਸਾਰਾ ਕੰਮ ਪਹਿਲੇ ਸੇ ਕਾਮ ਹੋਤੇ ਕਮ ਹੋਤੇ ਜਾ ਰਹਾ ਹੈ। ਬਾਰਿਸ਼ ਕਾ ਸਵੇਰ ਸੇ ਲੈ ਕੇ ਸ਼ਾਮਾ ਤਲੁਕ ਬਾਰਿਸ਼ ਲਿਖੇ ਹੋਏ ਹੈ ਕਿ ਬਾਰਿਸ਼ 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 ਹੈ ਪਾਣੀ, ਔਰ ਪਾਣੀ ਕੇ ਵਜ੍ਹਾ ਸੇ ਯਹਾਂ ਫੂਲੋਂ ਕਾ ਕਾਮ ਬਹੁਤ ਢਿੱਲਾ ਲੋਕੋਂ ਕਾ ਹੋ ਗਿਆ। ਆਪਕੀ ਫੂਲ ਜੋ ਵੀ ਹੈ, ਫੂਲ ਮਹਿੰਗੇ ਹੈ, ਸਸਤਾ ਕੋਈ ਨਹੀਂ ਹੈ, ਯੇ ਬਹੁਤ ਜ਼ਿਆਦਾ ਕਾਮ ਖਰਾਬ ਹੈ ਯਹਾਂ ਫੂਲ। ਇਸ ਵੈਲੈਂਟਾਈਨ ਕੇ ਦਿਨੇ ਫੂਲ ਹੋ ਗਿਆ, ਲਾਲ ਹੋ ਗਿਆ, ਯੇਲੋ ਹੋ ਗਿਆ, ਕਾਣਾ ਹੋਏ, ਪਿੰਕ ਵਾਲਾ ਫੂਲ ਹੋ ਗਿਆ, ਰੈਡ ਫੂਲ ਹੋ ਗਿਆ, ਕਈ ਫੂਲੋਂ ਹੈ ਡਬਲ ਸੀਟ ਕੇ ਫੂਲ ਹੋਤੇ ਹੈ, ਗੁਲਦਸਤੇ ਵੀ ਦੇ ਰਹੇ ਹੈ ਲੋਕ, ਜਿਸਕੀ ਆਪਣੀ ਸਵਾਗਤ ਹੈ ਕਿ ਗੁਲਦਸਤੇ ਵੀ ਦੇ ਦੇਤੇ ਹੈ, ਕਿਸੀ ਸਵਾਗਤ ਹੈ ਕਿ ਮੈਂ ਇੱਕ ਫੂਲ ਵੀ ਪੈਕ ਕਰਕੇ ਆਪਕੋ ਵੀ ਪਿਆਰ ਕੇ ਨਾਲ ਸਵਾਗਤ ਕਰ ਰਹੇ ਹੈ, ਦੇ ਰਹੇ ਹੈ। ਫੂਲ ਤੁਮੇ ਭੇਜਾ ਹੈ ਖਤ ਮੇ ਫੂਲ ਨਹੀਂ ਹੈ ਮੇਰਾ ਦਿਲ ਹੈ। ਵੈਲੈਂਟਾਈਨ ਡੇ ਵਾਲੇ ਦਿਨ ਅੱਜ ਲੋਕਾਂ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ, ਚਾਹਣ ਵਾਲਿਆਂ ਨੂੰ, ਦੋਸਤਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਦੋਸਤੀ ਅਤੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਵੈਲੈਂਟਾਈਨ ਡੇ ਮਨਾਇਆ। ਔਰ ਲੋਕਾਂ ਨੇ ਆਖਿਆ ਕਿ ਵੈਲੈਂਟਾਈਨ ਡੇ ਆਪਣੇ ਪਿਆਰ ਕਰਨ ਵਾਲੇ ਨੂੰ, ਚਾਹਣ ਵਾਲੇ ਤੋਂ ਇਲਾਵਾ ਜਿਸ ਤਰ੍ਹਾਂ ਵੀ ਤੁਸੀਂ ਪਿਆਰ ਮੁਹੱਬਤ ਕਰਦੇ ਹੋ, ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ, ਚਾਹੇ ਤੁਹਾਡੇ ਮਾਤਾ ਜੀ ਨੇ ਤਾਏ, ਚਾਹੇ ਤੁਹਾਡੇ ਪਿਤਾ ਜੀ ਨੇ, ਚਾਹੇ ਤੁਹਾਡੇ ਭਰਾ ਅਤੇ ਭਾਈ ਨੇ, ਕਿਸੇ ਨਾਲ ਵੀ ਵੈਲੈਂਟਾਈਨ ਡੇ ਮਨਾ ਕੇ ਉਸ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਜਾ ਸਕਦਾ ਹੈ। ਕੈਮਰਾਮੈਨ ਨਿਸ਼ ਕੁਮਾਰ ਨਾਲ ਸੰਦੀਪ ਚਾਲ, ਫਸਟ ਨਿਊਜ਼ ਅੰਮ੍ਰਿਤਸਰ।